ਵਿਸ਼ਵ ਕੱਪ ਦੇ ਲਈ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਸਵੇਰੇ ਇੰਗਲੈਂਡ ਲਈ ਰਵਾਨਾ ਹੋ ਗਈ ਹੈ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕਪਤਾਨ ਵਿਰਾਟ ਕੋਹਲੀ ਅਤੇ ਕੋਚ ਰਵੀ ਸ਼ਾਸਤਰੀ ਨੇ ਪ੍ਰੈਸ ਕਾਨਫਰੰਸ ਕੀਤੀ ਸੀ। ਕੋਹਲੀ ਨੇ ਕਿਹਾ ਕਿ ਇੰਗਲੈਂਡ 'ਚ ਵਿਸ਼ਵ ਕੱਪ ਦੇ ਦਬਾਅ ਨੂੰ ਚੱਲਣਾ ਹੈ। ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਇਸ ਟੂਰਨਾਮੈਂਟ 'ਚ ਮਹਿੰਦਰ ਸਿੰਘ ਧੋਨੀ ਦਾ ਅਹਿਮ ਰੋਲ ਰਹੇਗਾ, ਖਾਸ ਤੌਰ 'ਤੇ ਅਜਿਹੇ ਛੋਟੇ ਛੋਟੇ ਮੌਕਿਆਂ 'ਤੇ ਜਿੱਥੇ ਮੰਚ ਬਦਲ ਸਕਦਾ ਹੈ। ਇੰਗਲੈਂਡ ਰਵਾਨਾ ਹੋਣ ਤੋਂ ਪਹਿਲਾਂ ਸ਼ਾਸਤਰੀ ਅਤੇ ਫੀਲਡਿੰਗ ਕੋਚ ਨੇ ਮੱਥਾ ਟੇਕਿਆ। ਵਿਸ਼ਵ ਕੱਪ ਇੰਗਲੈਂਡ 'ਚ 23 ਮਈ ਤੋਂ 14 ਜੂਨ ਤੱਕ ਖੇਡਿਆ ਜਾਵੇਗਾ। ਭਾਰਤੀ ਟੀਮ 25 ਮਈ ਨੂੰ ਨਿਊਜ਼ੀਲੈਂਡ ਅਤੇ 28 ਮਈ ਨੂੰ ਬੰਗਲਾਦੇਸ਼ ਦੇ ਖਿਲਾਫ ਆਪਣਾ ਅਭਿਆਸ ਮੈਚ ਖੇਡੇਗੀ। ਵਿਸ਼ਵ ਕੱਪ ਟੂਰਨਾਮੈਂਟ ਵਿੱਚ ਭਾਰਤ ਦਾ ਪਹਿਲਾ ਮੈਚ 5 ਜੂਨ ਨੂੰ ਦੱਖਣੀ ਅਫਰੀਕਾ ਦੇ ਖਿਲਾਫ ਹੋਵੇਗਾ ਤੇ ਦੱਸ ਦਈਏ ਕਿ ਪਾਕਿਸਤਾਨ ਦਾ ਮੈਚ 16 ਜੂਨ ਨੂੰ ਖੇਡਿਆ ਜਾਵੇਗਾ। ਸਪੋਰਟਸ ਟੈਕਸ ਤੋਂ ਵਿਕਰਮ ਸੈਜਪਾਲ ਦੀ ਰਿਪੋਰਟ, ਦਾ ਟੀਵੀ NRI।